ਇੱਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਲਗਾਤਾਰ ਤੁਹਾਨੂੰ ਗੱਲਬਾਤ ਦਾ ਹਿੱਸਾ ਵਿਖਾ ਰਹੇ ਸੀ ਜਿੱਥੇ ਸਾਡੇ ਸਹਿਯੋਗੀ ਨਿਤਕਾ ਮਹੇਸ਼ਵਰੀ ਗੱਲ ਕਰ ਰਹੇ ਨੇ ਐਮਪੀ ਰਵਨੀਤ ਬਿੱਟੂ ਹੋਰਾਂ ਦੇ ਨਾਲ ਵੱਖੋ ਵੱਖ ਮੁੱਦਿਆਂ ਤੇ ਗੱਲਬਾਤ ਹੋ ਰਹੀ ਹੈ ਭਾਵੇਂ ਉਹ ਮੁੱਦੇ ਜਿਸ ਨੂੰ ਆਧਾਰ ਬਣਾ ਕੇ ਇਹ ਪਾਰਟੀ ਸੱਤਾ ਦੇ ਵਿੱਚ ਆਈ ਤੇ ਅੱਜ ਦਾ ਜੋ ਸਰਕਾਰ ਦਾ ਮੌਜੂਦਾ ਹਾਲ ਹੈ ਜਿੱਥੇ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨੂੰ ਵੀ ਮਿਲਦੇ ਨੇ ਅਫਸਰਾਂ ਨੂੰ ਵੀ ਮਿਲਦੇ ਨੇ ਪਰ ਕਿਤੇ ਨਾ ਕਿਤੇ ਸਾਂਸਦਾਂ ਨੂੰ ਮੁਲਾਕਾਤ ਦਾ ਸਮਾਂ ਜੋ ਹੈ ਉਹ ਨਹੀਂ ਦਿੱਤਾ ਜਾ ਰਿਹਾ ਕੁਝ ਸ਼ਿਕਾਇਤਾਂ ਨੇ ਕੁਝ ਅਰਜ਼ੋਈਆਂ ਨੇ ਗੱਲਬਾਤ ਜਾਰੀ ਹੈ ਨਿਤਕਾ ਓਵਰ ਟੂ बिल्कुल रवनीत बिट्टू ने जिस तरह असी गल कर रहे थे उन्होंने कहा कि मंत्रियों नाल मीटिंग की बरगाड़ी बेअदबी मामले च लैके विधायकों नाल गल की सीएम पंजाब ने पर एमपीज नाल गलबात नहीं की। तुसी हुण देखो नवजोत सिंह सिद्धू जिहड़े ना लगातार हमलावर नजर आ रहे ने पंजाब दे मुख्यमंत्री ते हर रोज एक ट्वीट उन्होंने वालों जरूर किया जाता है उन्होंने ट्वीट्स नूं तुसी किस तरह देखते हो? देखो मैं तुहानूं सच्ची गल दस्सां वी मेरी कोई नवजोत सिद्धू होणा नाल ना मैं मिलिया जिहड़े बाकी मिले ने उन्हां दा मैं जरूर सुनदा भी मिले ने ते पर नवजोत सिद्धू हजे नवे ने पार्टी के चार साल दे आए ने असी तो जेडे मेरी तो यही है भी जेडे सारे तो पुराने सीनियर कांग्रेसी जिन्हां दे चाहे हाई कमांड होवे चाहे कैप्टन अमरिंदर सिंह होण उन्हां नाल भी सारिआं दे 20-30 साल के रिश्ते ने ते उन्हां नाल गल करन दा इक साडा रिश्ते होर ने असी तो हजे उस गल ते खड़े हाँ चाहे वह चन्नी जी होण चाहे उहदे विच सुखी रंधावा हो चाहे बाकी मिनिस्टर हो चाहे बाजवा जी मैं सारे जो भी असी लोग हाँ जिहड़े पुराने एक दूजे नाल जुड़े हाँ भी कैप्टन साहब तो हजे तो है भी जोर पा के हजे सानू तो यही नहीं पता भी वह की कह रहे ने पर भी जिहड़ी कैप्टन साहब थोड़ी छवि आ जिहड़ी तुसी चाहे पाणियां की गल की चाहे किसानां की गल की चाहे तुसी पहलां सिक्खी तो अस्तीफा दे के आए भी हुण बहुत वड्डी थोड़ी ढा लग रही है ते जे असी इसे तरीके 2022 दी इलैक्शन जावांगे तां असी भी बादलों की लाइन च खड़े हो जाएंगे ते थोड़े करके क्यों खड़े होइए क्यों खड़े हो जां तां क्लीयर गल दस दो ना एक प्रैस कॉन्फ्रेंस ही करनी है भी मैं भाई जिहड़ा पहला मेरा व्यू सी उह एक बार सीगा हुण मैं मुख्यमंत्री बन के आ गया अंदर मैनूं पता लग गया भी इह काम आ जिहड़ा इह इस तरीके ना उह फलाने मलाने बंदे ने कीता सी फिर देखी जाऊ जो लोग साडे नाल करनगे उस हुण हुण आह तां गल विच विचाले आ ना तां सानूं पता भी ਇਹ ਕੀ ਹੋ ਰਿਹਾ ਨਾ ਲੋਕਾਂ ਨੂੰ ਵਿਚਾਰਿਆਂ ਨੂੰ ਸਮਝ ਆ ਰਹੀ ਹੈ ਵੀ ਇਹ ਕੀ ਕਰ ਕੀ ਰਹੇ ਨੇ ਇਹ ਐਸਆਈਟੀ ਬਣਾ ਲਈ ਜੀ ਕਮਿਸ਼ਨ ਬਣਾ ਲਏ ਜੀ ਤੇ ਰਿਜ਼ਲਟ 0-0 ਖੜਾ ਹੈ ਤੇ ਇਹ ਤਾਂ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ ਇਹੋ ਜਿਹਾ ਡੀਜੀ ਕਿਹੜਾ ਹੋਏਗਾ ਇਹੋ ਜਿਹਾ ਜਿਹੜਾ ਕਿ ਜਿਹੜੀ ਸਿੱਟ ਬਣੇ ਉਹ ਚਾਰ ਬੰਦੇ ਸਾਈਨ ਹੀ ਨਾ ਕਰਨ ਉਹ ਪਤਾ ਲੱਗੇ ਵੀ ਕਿਉਂ ਉਹਨਾਂ ਨੇ ਸਾਈਨ ਨਹੀਂ ਕੀਤੇ ਆਖਰ ਕਿੱਡੀ ਵੱਡੀ ਗੱਲ ਅਸੀਂ ਤਾਂ ਇਸ ਕਰਕੇ ਕੱਲ੍ਹ ਇਕੱਠੇ ਹੋਏ ਸੀ ਅੱਗੇ ਵੀ ਅਸੀਂ ਫੇਰ ਇੱਕ ਦੋ ਦਿਨਾਂ ਨੂੰ ਸਾਰਿਆਂ ਨੇ ਇਕੱਠੇ ਹੋਣਾ ਹੈ ਵੀ ਇਹਦਾ ਹੱਲ ਕੀ ਆ ਹਾਈਕਮਾਂਡ ਸਾਡੇ ਨਾਲ ਇੰਟਾ ਚ ਆ ਵੀ ਇਹ ਕੀ ਹੋ ਰਿਹਾ ਹਾਈਕਮਾਂਡ ਨੇ ਵੀ ਤਾਂ ਸਾਰੇ ਉਹਨਾਂ ਨੂੰ ਵੀ ਤਾਂ ਇਨਫੋਰਮੇਸ਼ਨ ਜਾਂਦੀ ਆ ਨਾ ਵੀ ਇਸ ਵੇਲੇ ਪੰਜਾਬ ਦੇ ਵਿੱਚ ਹਾਲਾਤ ਕੀ ਹੋ ਰਹੇ ਆ ਬੜੇ ਵਧੀਆ ਸੀ ਅੱਜ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਚੈਲੰਜ ਸੀ ਜਾਂ ਕੋਈ ਚੈਲੰਜ ਤਾਂ ਹੁਣ ਵੀ ਨਹੀਂ ਕੋਈ ਕੁਐਸਚਨ ਕਰ ਰਿਹਾ ਸੀ ਕੋਵਿਡ 'ਚ ਕਿੰਨਾ ਵਧੀਆ ਕੰਮ ਕੀਤਾ ਹੋਰ ਕੀਤਾ ਲੋਕ ਸਾਰੇ ਕਹਿ ਰਹੇ ਸੀ ਵੀ ਕੋਈ ਬਰਾਬਰੀ ਨਹੀਂ ਖੜ ਸਕਦਾ ਪਰ ਜਿੱਦਣ ਹਾਈਕੋਰਟ ਨੇ ਉਹ ਮਾਰੀ ਚੱਕ ਕੇ ਐਸਆਈਟੀ ਦੀ ਰਿਪੋਰਟ ਉਦੋਂ ਬਾਅਦ ਸਾਰਾ ਹੀ ਕੁਛ ਇੱਕਦਮ ਪੰਜਾਬ 'ਚ ਹਿੱਲ ਗਿਆ ਇਹੀ ਤਾਂ ਗੱਲ ਹੈ ਕਿ ਹੁਣ ਸਾਰੇ ਕੁਐਸਚਨ ਕਰ ਰਹੇ ਨੇ ਤਾਂ ਤੁਹਾਨੂੰ ਲੱਗਦਾ ਹੈ ਕਿ ਹੁਣ ਗੁੱਟਬਾਜ਼ੀ ਬੰਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਦੇ ਵਿੱਚ ਅੱਗੇ ਕੁਐਸਚਨ ਕਰਨਾ ਹੀ ਕਿਸ ਚੀਜ਼ ਨੂੰ ਸੀ ਜਦੋਂ ਕੁਐਸਚਨ ਹੈ ਹੀ ਨਹੀਂ ਸੀ ਕੋਈ ਬਹੁਤ ਵਧੀਆ ਕੰਮ ਚੱਲ ਰਿਹਾ ਸੀ ਸਾਰੇ ਉਹਨਾਂ ਦੇ ਨਾਲ ਬੱਲੇ ਬੱਲੇ ਕਰ ਰਹੇ ਸੀ ਹੁਣ ਵੀ ਕੋਈ ਹੁਣ ਕੋਈ ਉਹਨਾਂ ਨੂੰ ਉਹਨਾਂ ਦੇ ਕੋਈ ਜਿਹੜਾ ਇਹ ਸੀਐਮ ਤੇ ਜਾਂ ਉਹਨਾਂ ਦੀ ਲੀਡਰਸ਼ਿਪ ਤੇ ਤਾਂ ਕੋਈ ਗੱਲ ਨਹੀਂ ਗਈ ਗੱਲ ਤਾਂ ਸਿਰਫ ਇਹ ਆ ਵੀ ਭਾਈ ਜਿਹੜਾ ਆ ਗੁਰੂ ਦਾ ਮਸਲਾ ਉਹਨਾਂ ਲਈ ਵੀ ਆ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਘਰ 'ਚ ਆ ਹਰ ਜਗ੍ਹਾ ਏ ਉਦੋਂ ਵੱਡਾ ਤਾਂ ਸਾਡੇ ਲਈ ਕੀ ਆ ਜੀ ਬਾਕੀ ਚੀਜ਼ਾਂ ਇਨਸਾਨ ਤਾਂ ਕੁਛ ਵੀ ਨਹੀਂ ਗਾ ਉਸ ਦਾਤੇ ਨੇ ਜਿਹਦੇ ਗੁਰੂ ਕੀ ਕਹਿ ਗਿਆ ਦਸਾਂ ਗੁਰਾਂ ਦੀ ਜਿਹੜੀ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਆ ਤੇ ਫਿਰ ਉਹਦੇ ਬਾਰੇ ਜੇ ਅਸੀਂ ਚੁੱਪ ਹਾਂ ਉਹਦੇ ਬਾਰੇ ਸਿਰਫ ਸਾਡਾ ਤਾਂ ਮਤਲਬ ਜਹਾਨ 'ਚ ਆਉਣ ਦਾ ਹੀ ਕਾਹਦਾ ਫਾਇਦਾ ਅਸੀਂ ਕਾਹਦੇ ਕਾਹਦੇ ਪੰਜਾਬੀ ਹਾਂ ਮੈਨੂੰ ਇਹ ਤਾਂ ਦੱਸੋ ਜੇ ਗੁਰੂ ਨੂੰ ਅਸੀਂ ਇਨਸਾਫ ਨਹੀਂ ਸਾਡਾ ਤਾਂ ਜੋਣਾ ਹੀ ਕੋਈ ਨਹੀਂ ਰਹਿੰਦਾ ਅਸੀਂ ਤਾਂ ਮਤਲਬ ਛੱਡ ਕੇ ਸਭ ਕੁਝ ਬਹਿ ਜਾਈਏ ਘਰਾਂ 'ਚ ਨਵਜੋਤ ਸਿੱਧੂ ਦਾ ਤੁਸੀਂ ਸਾਰੇ ਪੁੱਛਦੇ ਆ ਕਿਉਂਕਿ ਉਹ ਮੀਡੀਆ ਦੇ ਵਿੱਚ ਖੈਰ ਮੀਡੀਆ ਨੂੰ ਕਦੇ ਮਿਲਦੇ ਤਾਂ ਹੈ ਨਹੀਂ ਗੇ ਖੈਰ ਕਦੇ ਪਤਾ ਨਹੀਂ ਮੀਡੀਆ ਉਹਨਾਂ ਦੀ ਕਿਉਂ ਗੱਲ ਕਰਦਾ ਏ ਜਾਂ ਤਾਂ ਉਹ ਕਮੈਂਟੇਟਰ ਰਹੇ ਨੇ ਜਾਂ ਭਾਈ ਉਹ ਤਾਂ ਹਜੇ ਇੱਕ ਨਵੇਂ ਪਾਰਟੀ ਦੇ ਵਿੱਚ ਆਏ ਸੀ ਅਤੇ ਉਦੋਂ ਸਾਰੀ ਭਾਨ ਇਕੱਠੀ ਕੀਤੀ ਸੀ ਵੀ ਰੁਪਈਆ ਬਣ ਜੇ
क्योंकि नवा ट्रायल से आम आदमी पार्टी नवी आई सी की होना की नहीं एडी वो एक वक्री गल पर इत्थे गल जिहड़े मैं समझना जिहड़े लॉयल पार्टी दे लई जिहड़े जिहड़े सीनियोरिटी ते जिहड़े बंदे कैपेबल ने वो तीन चीज़ां ने तुसी वो बंदे दी गल नहीं कर सकते जिहड़ा पता ही नहीं भी किधर किसने की किधर चले जाना की बयान दे देना किसी ने की कर देना इस वेले वो गल नहीं की इस वेले बहुत गंभीर मुद्दा है इस वेले कोई मतलब किसी नू सीएम बनना किसी नू प्रधान बनना वो बहुत छोटियां गल्लां रह गईयां वो तो गुरु दे बराबर ये की मैना रह जांदा कोई गल ये है भी ये काम किवें करना ये काम सीएम साहब कैप्टन अमरिंदर सिंह तो करा कि भी जे उन्होंने कोई कमजोरी लगती है तो उन्होंने नाल असं खड़े हो जाने होर तकड़े होके जे उन्होंने कोई होर सपोर्ट चाहिए भाई वो गल कर सकते हैं एक माड़ा बंदा आप एफ आई आर दर्ज हो जाती है किसी भी पुलिस स्टेशन मैं कहना कोई रिश्तेदार नहीं छड़ते जी तो पुलिस रेडा नहीं मारती रातों ही घुग्गू ही वजद वो बेचारा कोई माड़ा मोटा उसे केस किसी ने कराया होंगे तो ये तो अज तक आप किसी को एक बार पुछया भी नहीं ईडी का निरंजन सिंह वाला केस कित्थे आ उस बंदे ने सद्या सी उस बंदे ने सद्या सी जलंधर तो कित्थे आ किसी नू दसो तो सही भी उस की आ वो की उस है की सी मानते हो कि नवजोत सिंह सिद्धू जिहड़े ट्वीट कर रहे ने बार बार वो सही कर रहे ने नवजोत सिंह सिद्धू की तो अपनी लड़ाई है वो तो मिनिस्ट्री की लड़ाई है ना जो मिनिस्टर लोकल बॉडीज उन्हों का महकमा बदलता सी उन्होंने तो पावर महकमा देता सी वो तो मिनिस्ट्री की लड़ाई उदों की चल तो उस तो खफा ने बरगाड़ी वाले मुद्दे तो थोड़ी गल उन्होंने कोई बहबल कलां वाले की गल जो तो थोड़ी होए ने शुरू वो तो उदों के जो मिनिस्ट्री चो महकमा जोड़ा उन्होंने बदलता उन्होंने उन्हें पिछे लड़ाई है ये पिछे नहीं गई ये तो असी तो हूँ वो गल कर रहे हैं अभी तो हूँ जोड़ा है साढ़े चार साल बिल्कुल किसी ने कोई गल की सारे कैप्टन साहब के चनान वगू खड़े नाल तीन मंत्रियों ने हाईकमान को लिखे कि नवजोत सिंह सिद्धू के खिलाफ डिस्पलिनरी एक्शन लिया जाए क्योंकि वह लगातार अटैक कर रहे हैं सोशल मीडिया से इस नाल साडी पार्टी जिहड़ी है पंजाब दे विच कमजोर हो रही है तो इसका किते ना किते प्रभाव जिहड़ा 2022 दीआं चोणां च वी पएगा अज क्यों लिखिया किन्ना किन्ने चिर दा इह कुछ चल रहा सी उदों क्यों ना लिखिया क्यों मौका दिता इस लैवल ते जाण दा किसे नूं जदों तुसीं रोकोगे नहीं किते किसे कोई गल नूं देखोगे ही नहीं अज देख लो फिर हुण घर घरे रौला पै गया कि ना इस करके गल्लां सॉर्ट आउट करनियां ये होर पैणगियां जे इस गल नूं हजे नहीं रोकांगे क्योंकि देखो अल्टीमेटली तो असीं लोकां करके आ ना साडा की वजूद आ असीं आ सरकारी गड्डियां लई फिरदे आ कोठियां गड्डियां लोकां नूं फ्लैट मिले ने तनखाहां मिलदियां लोकां करके मिलदियां ना नहीं सानूं कौन पुछदा है बाकी भी तो सारे दुनिया है सानू लोग चुन के भेजते सानू असी अपनिया असी रेता बेचण नूं नशा बेचण नूं सानू इसलिए भेजते हैं जे असी सब तो वड्डा गुरु का मसला नहीं हल करा कर सकांगे जिहड़ी साडी पीढ़ी नशे नाल खत्म होगी वह नहीं कर सकांगे जिहड़े असी टारा मार मार कहिंदे सी 10 साल ते फिर किहड़े मूंह नाल असी इह गल करांगे जी एक मिनट लगता एक मिनट परचा दर्ज करके भी आह बंदा दोषी है कोर्ट जो मर्जी दे उहनूं सज़ा फिर उद्दू बाद उहदी बेल हो जाए कुछ हो जाए असी भी चीफ मिनिस्ट्री चलाई आ देखी आ ये नहीं हुंदा कुछ भी है भी जी ये कानून आ जी फलाना है कानून आम आदमी माड़े बंदे लिए कानून नहीं हुंदा अच्छा कानून दी तुसी गल कीती है हुण भी सिर्फ कोटकपुरा फायरिंग केस दे विच एसआईटी दा गठन किया गया हालांकि जे बैबल कला गोलीकांड दी गल कीती जावे हाले ओहदे लिए एसआईटी दा गठन नहीं किया गया क्योंकि जे गल कीती जावे कुंवर विजय प्रताप तां दोवें ही जिहड़े केसेस सीगे उसदी इन्वेस्टिगेशन कर रहे सीगे जो इस्तीफा देगे ना सिर्फ कोटकपुरा फायरिंग केस अफेक्ट होया इहदे नाल तां बैबल कला गोलीकांड ते भी असर पिया ਜਦੋਂ ਉਹ ਇਹ ਆਖਰ ਕੁਛ ਤਾਂ ਉਹਨਾਂ ਕੋਲ ਤਜਰਬਾ ਨਾ ਜਿਹਨੂੰ ਸੀ ਬੀ ਆਈ ਵੀ ਕੇਸ ਜਾਂ ਹਾਈ ਕੋਰਟ ਆ ਉਹਨਾਂ ਨੂੰ ਦੇ ਦਿੰਦੀ ਸੀ ਤੇ ਇਸ ਕਰਕੇ ਜੇ ਉਹ ਬੰਦਾ ਕੁਛ ਕਹਿ ਰਿਹਾ ਵੀ ਹੁਣ ਕੁਛ ਨਹੀਂ ਬਣਨਾ ਜਿਹੜੀ ਮਰਜ਼ੀ ਸਿੱਟ ਬਣਾ ਲਓ ਆਖਰ ਬੰਦਾ ਉਹ ਕਿਸੇ ਗਲਤ ਹੀ ਕਹਿ ਰਿਹਾ ਨਾ ਪ੍ਰਭਾਵਿਤ ਤਾਂ 100% ਹੋ ਗਿਆ ਪ੍ਰਭਾਵਿਤ ਰਹਿ ਕੀ ਗਿਆ ਇੱਥੇ ਅਸੀਂ ਤਾਂ ਤਮਾਸ਼ਾ ਬਣਾਤਾ ਕੇਸ ਦਾ ਬਿਲਕੁਲ ਡਿਲੀਊਟ ਕਰਤਾ ਸੀ ਇਹੀ ਤਾਂ ਲੋਕਾਂ ਨੂੰ ਜੇ ਲੱਗ ਰਿਹਾ ਹੈ ਵੀ ਭਾਈ ਲੋਕ ਤਾਂ ਹੀ ਬਾਦਲ ਤੇ ਕਦੇ ਹੋ ਸਕਦਾ ਵੀ ਯਾਰ ਸਾਡੇ ਨਾਲ ਬਾਦਲਾਂ ਨੂੰ ਰਲਾਉਣ ਅਕਾਲੀ ਦਲ ਨੂੰ ਰਲਾਉਣ ਕਿੱਡੀ ਸਾਡੇ ਲਈ ਤਾਂ ਇਹੀ ਡੁੱਬ ਮਰਨ ਦੀ ਗੱਲ ਆ ਵੀ ਲੋਕ ਜਦੋਂ ਇਹ ਕਹਿ ਦੇਣ ਵੀ ਇਕੱਠੇ ਆ ਇਦੋਂ ਬਾਅਦ ਸਾਡਾ ਗੱਲ ਕੀ ਰਹਿ ਗਈ ਇਸ ਕਰਕੇ ਅਸੀਂ ਤਾਂ ਇਕੱਠੇ ਹੋਏ ਹਾਂ ਵੀ ਆਪਣੀ ਹੋਂਦ ਕਿਵੇਂ ਬਚਾਉਣੀ ਆ ਬਾਕੀ ਤਾਂ ਚਲੋ ਜਿਹੜਾ ਨੁਕਸਾਨ ਹੋ ਗਿਆ ਜੜ ਨੂੰ ਤਾਂ ਬਚਾ ਲਈਏ ਰੰਧਾਵਾ ਜੀ ਦੇ ਘਰ ਮੀਟਿੰਗ ਲਈ ਕਿਸਨੇ ਸੱਦਿਆ ਸੀਗਾ ਕਿਉਂਕਿ ਦੱਸਿਆ ਹੀ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਮੀਡੀਏਟਰ ਬਣੇ ਹੋਏ ਨੇ ਹਰ ਚੀਜ਼ ਦੇ ਵਿੱਚ ਸਾਡੀ ਕੋਈ ਚਰਨਜੀਤ ਕੰਨੀ ਨਾਲ ਗੱਲ ਨਹੀਂ ਹੋਈ ਮੈਂ ਫਰਾਈਡੇ ਨੂੰ ਲਾਸਟ ਜਦੋਂ ਦਿੱਲੀ ਆਇਆ ਮੈਂ ਕਿਉਂਕਿ ਅਸੀਂ ਉੱਥੇ ਧਰਨੇ 'ਤੇ ਹਾਂ ਮੈਂ ਗੱਲ ਕੀਤੀ ਸੁੱਖੀ ਰੰਧਾਵਾ ਜੀ ਨਾਲ
भी यह की गल आ इन्ना क्योंकि आखिर पुराने परिवार ने मेरे दादा जी रंधावा साहब सब बाजवा साहब के पिता जी का उदू पहला ये सारे ही लोग थे। मैं वो कहते जी कोविड बढ़ गया मैं जेलों के टूर से जा रहा मैं मंडे को मिलूंगा। मैं मंडे को उन्होंने घर चला गया उदू पहला परतिंदर चहल आए हुए थे उन्होंने गल कर भी की नाराजगी है सीएम साहब ने भेजे से आप आए नहीं मैं चलो उदू बाद साड़ी गल शुरू हो गई। उत्थे प्रताप बाजवाई का टैलीफोन आ गया उन्होंने पता लग्या हूँ अजकल मिनट च पता लगता भी इतने बैठे वो कहते मैं आना उदू बाद सामने घर आ उन्होंने कांगट साहब का उन्होंने कोई हजे बिल्कुल भी उन्होंने ना पता से भी इतने कौन बैठा कौन नहीं वह तो अपना कोई काम आए थे सुखी रंधावे को बैठे से बिच तो उन्होंने ना कोई गल की ना कोई कोई जी हाँ ये चिंता जरूर की भी जदों लंबी रैली रखी सी जदों उधरले पासे बरगाड़ी थोनू याद होना अकाली दल ने पटियाला रख ली सी ते असी लंबी रख ली सी ते उधरों बरगाड़ी वाले ने अलग रखी सी ते लोग जदों असी जिहड़ियां जिन्हां दे झंडियां लगियां सी तिरंगियां जां शेर लगे सीगे जिन्हां ते शेर वह गड्डियां नूं वह लोकां ने वह गालां कढ़ियां काले झंडे दिखाए उस वेले तीन लोग जो बसा जा रहे असि भी एक फाटक से खड़े लोग ने भी तुम कर की रहे हो सरकार कांगड़ साहब यह कह रहे थे मेनू अपने पिंड जाना औखा हो गया जिहड़ियां बसा जदों उधरों रैली सारिया बराबर खत्म हुई जदों उन्होंने 100-100 बस उधरों आ रही थी लोग मतलब एक मैनू बस कहने मिली 25 किलोमीटर पहला वो बंदे भी उस गुस्से से जदों मैं कांगड़ पिंड पहुंच गया उत तो 20-25 किलोमीटर उत्थे जिहड़ी बस पहुंची हुई सी उस रोज चो सी ये तो नहीं हो सकता भी फिर असी समझ नहीं सकते भी लोग की चाहते हैं। अच्छा बिट्टू जी थोनू की लगता है हुण कांग्रेस अगे जाके की होएगा क्योंकि तुसी कह रहे होर भी मीटिंग्स जिहड़ियां ने आने वाले दिनों च होनी है सीएम नूं घेरन की कोशिश की जा रही है या फिर दो खेमे जिहड़े बंदे हुए नजर आ रहे ने एक नवजोत सिंह सिद्धू दा ते एक कैप्टन अमरिंदर सिंह दा। देखो ਤੁਸੀਂ ਕੀ ਮੁਕਾਬਲਾ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਕੀ ਮੁਕਾਬਲਾ ਉਹ ਕਿੰਨੀ ਵਾਰ ਮੁੱਖ ਮੰਤਰੀ ਰਹੇ ਕਿੰਨੀ ਵਾਰ ਮਤਲਬ ਉਹਨਾਂ ਦਾ ਨਾਲ ਕਿਸੇ ਦਾ ਕੀ ਮੁਕਾਬਲਾ ਕਾਂਗਰਸ ਪਾਰਟੀ ਇੱਕ ਪਾਸੇ ਉਹ ਨੇ ਜਿਹੜੇ ਕਿਸੇ ਪਾਰਟੀ 'ਚ ਰਹੇ ਨਹੀਂ ਜਦੋਂ ਇਮਤਿਹਾਨ ਦੀ ਘੜੀ ਆਉਂਦੀ ਆ ਜੇ ਹੁਣ ਕਹੀਏ ਵੀ ਸਾਨੂੰ ਪਤਾ ਹੁਣ ਕਾਂਗਰਸ 'ਤੇ ਔਖਾ ਟਾਈਮ ਆ ਅਸੀਂ ਕਹੀਏ ਇਸ ਤਾਂ ਚੱਲੇ ਹੁਣ ਪਹਿਲਾਂ 5 ਸਾਲ ਕੈਬਨਿਟ 'ਚ ਬੈਠੇ ਰਹੋ ਐਂ ਅਕਾਲੀ ਦਲ 'ਚ ਬੈਠੇ ਰਹੇ ਬੀਜੇਪੀ 'ਚ ਬੈਠੇ ਰਹੇ मोदी जद लगे पता भी इतों पंजाब हूँ जा रहे आप इधर चलीए कोई घरों तो नहीं लैके आता आप ही आना जी कहते भी सानू कांग्रेस उदों क्यों लग गई भी तुम ना आते भाई थोनू कोई घरों तो लैन नहीं गया तुम भी जे हाँ भी भरी तो ही आए चलो वह अलग आ वह कोई मुकाबला नहीं असी पुराने कांग्रसी हैं जोड़े वो कांग्रेस की गल करा बिल्कुल कोई धड़ेबाजी की इतने धड़ा कांग्रेस पार्टी का हाईकमांड आ सारा कुछ उन्होंने मिलन दल सारियाँ पहला तो उन्होंने चल रही भी कल कल बंद मिलो सीनियर बंदे तो असी लोग मिलते रहने MLAs नूं मिलो होर पार्टी के सीनियर लीडर नूं मिलो भी ये किमें इस झखड़ चो जिहड़ा ये चो किमें निकलना गल ए आ कोई धड़ा नहीं कोई कुछ नहीं। मैं तुहानूं पिछली बारी भी गल दसी सी भी जदों कैप्टन अमरिंदर सिंह मुख्यमंत्री सी MLA वध हो गए सी उन्हां दे अगेंस्ट पर सोनिया जी का हुक्म आया भी रात तो रात दिल्लियों वापस चले जाओ पंजाब भवन तो दिखना नहीं चाहिए कोई ये सोनिया जी का हुक्म मुख्यमंत्री कैप्टन अमरिंदर सिंह रहणगे गड्डी एक तो एक अगे आ रही थी कोई 100 से 120 वापस आ रहा यह हाईकमांड आते इस करके एच भी ये हाईकमांड बच्चे आएगी दखल देगी क्योंकि ये समा ऐसा आ गया गुरु की गल आ उन्होंने कली कली गल पता है तो वह गल कर भी रहे तो असली गल आ जाके हुण हाईकमांड से जाके गल आ जिहड़ी ठंडा पै रहा जिहड़ा कुछ लड़ाइयां चल रही सी बहस चल रही सी पर गर्मी हुंदे 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 फिर इहदे विच ज्यादा गर्माहट आ गई उन्हां नूं उह इस गल च समझण च हरीश शरावत जी मैं उन्हां नाल MP रहा उह मंत्री रहे ने सीएम रहे ने बड़ा उह बड़े चंगे बंदे आ उह समझण च इस गल च कमी होगी भी ये लड़ाई ना मिनिस्ट्री की है ना ही यह लड़ाई किसी होर की यह लड़ाई सीधी जिहड़ा सुपना मुख्यमंत्री का पालिया होया उस की समझौता करेगा जी कोई समझ गए ना गल इस करके गल जी फेल होगी तो वह गल ना सिरे चढ़नी है कदे वह इसे तरीके रहेगी जिहड़ा भी अटैम्प्ट करने की कोशिश करेगा वो जिहड़े बंदे का जिहड़ा सुपना होगा वो जे तो सच कर दो तुसी फिर बल्ले बल्ले आ नहीं थले थले गल एक अलग डिफरेंट डिफरेंट गल आ पर उन्होंने उदो बाद कोविड हो गया
ਉਹਨਾਂ ਦੀ ਇਲੈਕਸ਼ਨ ਵੀ ਆਪਣੇ ਨਾਲ ਆ, ਉਹਨਾਂ ਦੀ ਇਲੈਕਸ਼ਨ ਵੀ ਆਪਣੇ ਨਾਲ ਆ, ਉਹ ਸਟੇਟ 'ਚ ਆਪਣਾ ਟਾਈਮ ਬਹੁਤ ਜ਼ਿਆਦਾ ਉਹਨਾਂ ਨੂੰ ਦੇਣਾ ਪੈਂਦਾ ਹੈ, ਅਤੇ ਇਸ ਕਰਕੇ ਉਹ ਗੱਲ ਜਿਹੜੀ ਆ ਉਸ ਕਮੀਆਂ ਰਹਿ ਗਈਆਂ। ਪਰ ਇੰਨੀ ਛੇਤੀ ਕਰਨ ਦੀ ਵੀ ਲੋੜ ਨਹੀਂ ਸੀ, ਮੈਂ ਤਾਂ ਔਨ ਰਿਕਾਰਡ ਕਹੂੰਗਾ ਵੀ ਉਹਨਾਂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਇੱਕ ਪੰਜਾਬ 'ਚ ਆ ਕੇ ਨਵਜੋਤ ਸਿੱਧੂ ਦੇ ਜਾਣਾ ਕਰਨਾ, ਹੋਰ ਕੋਈ ਲੀਡਰਾਂ ਦੀ ਕਮੀ ਮੁੱਕ ਗਈ? ਉਹਨਾਂ ਨੇ ਆਪ ਇੱਕ ਸ਼ੋਅ ਕਰਤਾ ਵੀ ਸ਼ਾਇਦ ਇੱਕ ਉਰੇ ਨਵਜੋਤ ਸਿੱਧੂ ਤੇ ਕੈਪਟਨ ਹੀ ਆ, ਉਹਨਾਂ ਨੇ ਜਿਹੜਾ ਇੱਕ ਉਹਨਾਂ ਨੇ ਆਪ ਜਿਹੜੀ ਆ ਇੱਕ ਬਹੁਤ ਵੱਡੀ ਆ ਜਿਹੜੀ ਉਹ ਬਲੰਡਰ ਮੈਂ ਤਾਂ ਕਹੂੰਗਾ ਜਿਹੜੀ ਹੋਈ ਆ। ਬਾਕੀ ਉਰੇ ਸੀਨੀਅਰ ਲੀਡਰਾਂ ਦੀ ਕਮੀ ਸੀ, ਸਮਝੇ ਨਾ ਗੱਲ, ਜਾਂ ਤਾਂ ਉਹ ਕਿਸੇ ਚੀਜ਼ ਤੋਂ ਪ੍ਰਭਾਵਿਤ ਸੀਗੀ, ਉਹ ਕਹਿੰਦੀ ਸੀ ਵੀ ਮੈਂ ਇਹਨਾਂ ਨੂੰ ਖੇਡਦੇ ਦੇਖਦਾ ਰਿਹਾ, ਕਮੈਂਟਰੀ ਕਰਦਾ ਰਿਹਾ ਬੜਾ, ਉਹ ਉਹਨਾਂ ਦੇ ਮਨ 'ਚ ਇੱਕ ਤਾਂ ਇਹ ਗੱਲ ਸੀ। ਗੱਲ ਤਾਂ ਦੇਖਣ ਵਾਲੀ ਹੁੰਦੀ ਆ ਵੀ ਕਾਂਗਰਸ 'ਚ ਕਾਂਗਰਸ ਹੀ ਕੀ ਚਾਹੁੰਦਾ ਹੈ, ਕਾਂਗਰਸ ਹੀ ਇਹ ਨਹੀਂ ਚਾਹੁੰਦਾ ਵੀ ਮੁੱਖ ਮੰਤਰੀ ਕੌਣ ਬਣੇ, ਉਹਦੇ ਲਈ ਤਾਂ ਸਾਰੇ ਸਤਿਕਾਰਯੋਗ ਨੇ, ਉਹ ਇਹ ਦੇਖ ਰਿਹਾ ਵੀ ਡਿਲੀਵਰ ਕੌਣ ਕਰਦਾ ਹੈ। ਅੱਛਾ, ਤੁਹਾਨੂੰ ਤੁਸੀਂ ਇਹ ਦੋ ਮੁੱਦੇ ਤਾਂ ਚੁੱਕ ਰਹੇ ਹੋ, ਤੁਹਾਨੂੰ ਲੱਗਦਾ ਕਿ ਟਰਾਂਸਪੋਰਟ ਮਾਫੀਆ ਜਿਹੜਾ ਉਹ ਖਤਮ ਹੋ ਗਿਆ ਜਾਂ ਫਿਰ ਮਾਈਨਿੰਗ ਮਾਫੀਆ ਹੈ ਉਸ 'ਤੇ ਕੋਈ ਨਾ ਕੋਈ ਠੱਲ ਪਈ ਹੈ? ਦੇਖੋ ਮੈਂ ਕਹਿੰਦਾ ਵੀ ਇਹ ਗੱਲਾਂ ਜਿਹੜੀਆਂ ਬਿਲਕੁਲ ਜ਼ਮੀਨ 'ਤੇ ਨੇ, ਇਹ ਗੱਲਾਂ ਇਸ ਵੇਲੇ ਕਰਨ ਦਾ ਇਹ ਇਹ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਗੱਲ ਆ ਗਈ, ਇਸ਼ੂ ਆ ਗਿਆ, ਇਹ ਤਾਂ ਉਹ ਗੱਲ ਕਰਕੇ ਡਿਵਰਟ ਕਰਨ ਵਾਲੀ ਗੱਲ ਆ। ਇਸ ਵੇਲੇ ਤਾਂ ਵੱਡੀ ਸਭ ਤੋਂ ਗੱਲ ਆ ਗੁਰੂ ਗ੍ਰੰਥ ਸਾਹਿਬ ਦਾ ਅਤੇ ਡਰੱਗਸ ਦਾ। ਜੇ ਜੇ ਆਪਾਂ ਗੁਰੂ ਨੂੰ ਨਹੀਂ ਸਾਫ ਜਾਂ ਆਪਾਂ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਜਿਹੜਾ ਜਿਹਨੇ ਮਾਰਿਆ ਉਹਨੂੰ ਨਹੀਂ ਸਜ਼ਾ ਦੇ ਸਕਦੇ, ਫਿਰ ਆ ਨਸ਼ਾ ਆ ਕੀ ਰੇਤਾ ਏ ਜਾਂ ਹੋ ਰਿਹਾ, ਤਾਂ ਧਰਤੀ ਤੋਂ ਨਿਕਲਦਾ ਰੇਤਾ ਉੱਤੋਂ ਆ ਜਾਂਦਾ, ਜਿੰਨਾ ਕੱਢਦੇ ਆ ਕੋਈ ਲੁੱਟਦਾ ਉਨਾ ਕਾ ਮੀਂਹ ਆ ਰਿਹਾ ਹੁਣ ਉਨਾ ਫਿਰ ਰੁੜਿਆ ਹੋਊਗਾ, ਇਹ ਇਹ ਚੱਲੀ ਜਾਣਾ, ਇਹ ਬੱਸਾਂ ਟਾਇਰ ਘੱਸਦੇ ਆ, ਹੋਰ ਬੱਸਾਂ ਆ ਜਾਣਗੀਆਂ ਪੈ ਜਾਣਗੀਆਂ, ਘਾਟੇ ਵਾਧੇ ਪੂਰੇ, ਜਿਹਦਾ ਢਿੱਡ ਨਹੀਂ ਭਰਨਾ ਉਹਦਾ ਭਰਨਾ ਹੀ ਨਹੀਂ ਗਾ। 2017 ਚ ਵੀ ਇਹ ਦੋ ਮੁੱਦੇ ਛਾਏ ਰਹੇ, ਤੁਹਾਨੂੰ ਲੱਗਦਾ 2022 ਦੇ ਮੁੱਦੇ 2022 ਚੋਣਾਂ ਦੇ ਵਿੱਚ ਵੀ ਫਿਰ ਇਹੀ ਦੋ ਮੁੱਦੇ ਛਾਏ ਰਹਿਣਗੇ ਦੁਬਾਰਾ ਤੋਂ? ਨਹੀਂ, ਜੇ ਅਸੀਂ ਇਨਸਾਫ ਦੇ ਦਾਂਗੇ ਆ 2 ਮਹੀਨੇ ਦੇ ਵਿੱਚ, ਫਿਰ ਇਹ ਮੁੱਦਾ ਕਿਵੇਂ ਰਹਿ ਜੂਗਾ ਜੀ? ਫਿਰ ਤਾਂ ਕੋਈ ਗੱਲ ਹੀ ਨਹੀਂ ਹੋਊਗੀ ਇਹ। ਹਾਂ, ਉਹਨਾਂ ਚਿਰ ਲੋਕਾਂ ਨੇ ਨਹੀਂ, ਦੇਖੋ ਮਾਫ਼ ਕਰਨਾ ਕਿਸੇ ਨੂੰ, ਲੋਕਾਂ ਦੇ ਗੁਰੂ ਜਦੋਂ ਗੱਲ ਜਦੋਂ ਲੋਕ ਹੁਣ ਤੁਹਾਡੇ ਚੈਨਲ 'ਤੇ ਦੇਖਦੇ ਆ ਨਾ, ਉਦੋਂ ਹੀ ਉਹਨਾਂ ਦੇ ਰੋਂਗਟੇ ਸਭ ਦੇ ਖੜ੍ਹੇ ਹੋ ਜਾਂਦੇ, ਉਦੋਂ ਉਹ ਸੀਨ ਯਾਦ ਆ ਜਾਂਦੇ ਆ ਗੁਰੂ ਮਹਾਰਾਜ ਦੇ ਅੰਗ। ਉਹ ਬੰਦਿਆਂ ਨੂੰ ਕਿਵੇਂ ਅਸੀਂ ਬੰਦਿਆਂ ਨੂੰ ਧੁੰਨ ਕੇ ਅੰਦਰ ਉਹਨਾਂ ਦੇ ਮਾਰ ਮਾਰ ਕੋੜੇ ਲੋਕਾਂ ਦੇ ਮੂਹਰੇ ਖੜ੍ਹੇ ਕਰਕੇ, ਉਹ 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 ਮੈਂ ਸਮਝਦਾ ਦਰਬਾਰ ਸਾਹਿਬ ਦੇ ਮੂਹਰੇ ਖੜ੍ਹ ਕੇ ਉਹਨਾਂ ਨੂੰ, ਜਿਵੇਂ ਉਸ ਵੇਲੇ ਜਥੇਦਾਰ ਕਾਲਸਕ ਦੇ ਮਾਰਦੇ ਸੀ ਕੋੜੇ, ਉਹਨਾਂ ਦੇ ਤਾਂ ਉੱਥੇ ਪੈਣੇ ਚਾਹੀਦੇ ਆ, ਅੱਜ ਉਹ ਭੰਗੜੇ ਪਾਉਣ। ਮੈਂ ਇਹ ਗੱਲ ਕਰਦਾ ਵੀ ਲੋਕ ਜਿਹੜੇ ਆ ਉਹ ਜਦੋਂ ਉਸ ਬੰਦਿਆਂ ਨੇ ਉਹਨਾਂ ਦੀ ਹਿੰਮਤ ਕਿਵੇਂ ਪੈ ਗਈ, ਉਹ ਸਰਕਾਰ ਹੋਵੇ ਤੇ ਸਰਕਾਰ 'ਚੋਂ ਬੰਦਾ ਪੋਸਟਰ ਲਾਵੇ ਵੀ ਆਹ ਗੁਰਦੁਆਰਾ ਸਾਹਿਬ 'ਚੋਂ ਮੈਂ ਗੁਰੂ ਮਹਾਰਾਜ ਦੀ ਭੀੜ ਅੰਗ ਚੱਕ ਕੇ ਆਹ ਤਰੀਕ ਨੂੰ ਆਹ ਜਗ੍ਹਾ ਮੈਂ ਅੰਗ ਖੰਡਾਊਂਗਾ, ਤੇ ਕਿਸੇ ਮੈਤੋਂ ਗਾਲ ਨਿਕਲਦੀ ਆ। ਉਹ ਸਰਕਾਰ ਨੂੰ ਸ਼ਰਮ ਨਹੀਂ ਆਈ ਵੀ ਉਹ ਉਹਨਾਂ ਨੂੰ ਮੌਕਾ ਦਿੱਤਾ? ਉਸੇ ਦਿਨ ਉਹ ਤਾਂ ਕਿਹੜਾ DSP ਸੀ, ਕਿਹੜਾ SSP ਸੀ, ਕਿਹੜਾ ਜਿਹੜਾ ਉੱਥੇ ਕਮਿਸ਼ਨਰ ਸੀਗਾ ਪੁਲਿਸ ਦਾ, ਕਿਹੜਾ ਉੱਥੇ DGP ਸੀ, ਕਿਹੜਾ ਡਿਪਟੀ CM ਸੀ ਹੋਮ ਮਹਿਕਮਾ ਜਿਹਦੇ ਕੋਲ ਸੀ, ਉਹਨਾਂ ਨੂੰ ਉਹ ਬਖਸ਼ਣ ਵਾਲੇ ਨੇ? ਬੇਅਦਬੀ ਹੋਏ 6 ਸਾਲ ਹੋ ਗਏ, ਨਾ ਕੋਈ 1-2 ਸਾਲ ਹੋਏ ਨੇ। ਬਿੱਟੂ ਜੀ, ਕੀ ਲੱਗਦਾ ਹੈ ਕਿ 4.5 ਸਾਲ ਤੁਸੀਂ ਵੀ ਜਿਹੜੀ ਹੈ ਜਾਂਚ 'ਚ ਮੁਕਾਮ 'ਤੇ ਪਹੁੰਚਾਉਣ 'ਚ ਸਮਾਂ ਲਾਤਾ, ਤੁਹਾਨੂੰ ਲੱਗਦਾ ਨਹੀਂ ਕਿ 4.5 ਸਾਲ ਬੰਬ ਸੰਭਾਲ ਕੇ ਬੈਠੇ ਹੋ, ਆਪਦੇ ਘਰ 'ਚ ਹੀ ਫੁੱਟ ਗਿਆ? ਦੇਖੋ ਜੀ, ਬਿਲਕੁਲ ਸਭ ਕੁਛ ਪਤਾ ਹੈ, ਸਭ ਕੁਛ ਕਾਗਜ਼ਾਂ 'ਤੇ ਆ, ਅਤੇ ਹੁਣ ਜੇ ਜਾਣ ਬੁੱਝ ਕੇ ਸੁਸਾਈਡ ਆਪਾਂ ਆਪ ਕਰਨੀ ਆ, ਫਿਰ ਤਾਂ ਕੋਈ ਬਚਾ ਨਹੀਂ ਸਕਦਾ, ਫਿਰ ਤਾਂ ਕੋਈ ਬਚਾ ਨਹੀਂ। ਜੇ ਮੈਂ ਮਨ ਬਣਾਈ ਲਿਆ ਵੀ ਮੈਂ ਤਾਂ ਭਾਈ ਆਤਮ ਹੱਤਿਆ ਕਰਨੀ ਆ, ਫਿਰ ਤਾਂ ਕੋਈ ਤੁਹਾਨੂੰ ਪਤਾ ਦਵਾਈ ਉਹ ਤਾਂ ਅੰਦਰ ਕਮਰੇ 'ਚ ਕੁੰਡੀ ਲਾ ਕੇ ਬਹਿ ਜੇ ਕੋਈ ਵੀ ਮੈਂ ਤਾਂ ਭਾਈ ਫੇਸ ਹੀ ਨਹੀਂ ਕਰਨਾ ਹੁਣ, ਠੀਕ ਆ, ਉਹ ਤਾਂ ਫਿਰ ਬੰਬ ਫਟਿਆ ਹੀ ਫਟਿਆ ਹੈ, ਉਹ ਤਾਂ ਉਹਨੂੰ ਤਾਂ ਹਜੇ ਸਿਰਫ ਇਹ ਹੋ ਸਕਦਾ ਵੀ ਬੰਦਾ ਜਿਹੜਾ ਬੰਬ ਸਕੁਐਡ ਆ ਉਹ ਤਿਆਰ ਖੜੀ ਆ, ਜੇ ਹਜੇ ਵੀ ਉਹ ਕਾਲੇ ਵੱਡੀ ਡਰੈਸ ਪਾ ਕੇ ਉਹ ਬੰਬ ਨੂੰ ਚੱਕ ਕੇ ਉਹਨੂੰ ਜਿਹੜਾ ਬਾਹਰ ਜਾ ਕੇ ਜਿਵੇਂ ਉਹਨੂੰ ਡਿਸਪੋਜ਼ ਆਫ ਕਰਦੀ ਆ ਮਿਲਟਰੀ, ਉਵੇਂ ਉਸ ਬੰਬ ਨੂੰ ਖਾਲੀ ਜਗ੍ਹਾ ਜਾ ਕੇ ਉਹਨੂੰ ਚਲਾਇਆ ਜਾਵੇ, ਅਤੇ ਲੋਕ ਕਿਤੇ ਨਾ ਕਿਤੇ ਤੁਹਾਨੂੰ ਇਹ ਸਮਝਣਗੇ ਵੀ ਤੁਸੀਂ ਵਾਕਈ ਗੁਰੂ ਦੇ ਨਜ਼ਰਾਂ ਦੇ ਵਿੱਚ ਜਾਂ ਗੁਰੂ ਦੇ ਕੁਛ ਜਿਹੜੀ ਤੁਸੀਂ ਸਹੁੰ ਖਾਧੀ ਸੀ ਜਾਂ ਗੁਟਕਾ ਸਾਹਿਬ 'ਤੇ ਜਾਂ ਤੁਸੀਂ ਕੀਤੀ ਤਾਂ ਉਹਦੇ ਉੱਤੇ ਤੁਸੀਂ ਫੁੱਲ ਚੜਾਏ। ਅੱਛਾ, ਜੇ ਤੁਸੀਂ ਹਾਈ ਕਮਾਂਡ ਨੂੰ ਦੱਸਣਾ ਹੋਇਆ ਤਾਂ ਕਿਸ ਦਾ ਫੇਲਵਰ ਇਹ ਮੰਨਦੇ ਹੋ ਸਾਰੀ ਚੀਜ਼ਾਂ ਲਈ? ਨਹੀਂ, ਇਹ ਤਾਂ ਸਾਡਾ ਹੀ ਸਾਰਿਆਂ ਦਾ ਹੀ ਫੇਲਵਰ ਹੈ ਜੀ। ਇਹ 'ਚ ਹੁਣ ਐਂ ਗੱਲ ਕਰਨੀ ਵੀ ਇਹ ਇਕੱਲਾ ਮੁੱਖ ਮੰਤਰੀ ਨੂੰ ਜਾਂ ਕਿਸੇ ਨੂੰ ਮੈਂ ਕਹਿ ਦੇਵਾਂ ਤਾਂ ਅਸੀਂ ਵੀ ਕੀ ਕਰਦੇ ਸੀ, ਜਿਹੜਾ ਅੱਜ ਅਸੀਂ ਪ੍ਰੈਸ਼ਰ ਬਿਲਡ ਕਰ ਰਹੇ ਹਾਂ ਜਾਂ ਅੱਜ ਅਸੀਂ ਗੱਲਾਂ ਕਰ ਰਹੇ ਹਾਂ, ਪਰ ਸਾਨੂੰ ਆਸ ਸੀ, ਸਾਨੂੰ ਦੱਸ ਦਿੰਦੇ ਸੀ ਵੀ ਅੱਜ ਹੋ ਰਿਹਾ ਜੀ, ਅੱਜ ਇਨਵੈਸਟੀਗੇਸ਼ਨ ਹੋ ਰਹੀ ਆ, ਅੱਜ ਬਸ ਹੋਜੂਗਾ ਜੀ, ਅੱਜ ਹੋਜੂਗਾ, ਅਗਲੀ ਤਰੀਕ 'ਤੇ ਹੋਜੂ, ਅਸੀਂ ਇਸ ਭੁਲੇਖੇ 'ਚ ਰਹੇ। ਇਹਦਾ ਤੁਸੀਂ ਕੀ ਸੋਚਦੇ ਹੋ ਵੀ ਇਸ ਗੱਲ ਨੂੰ ਇਕੱਲੇ ਨੂੰ, ਜੇ ਇਹ ਗੱਲ ਨਹੀਂ ਹੁੰਦੀ ਤਾਂ ਇਕੱਲੇ ਮੁੱਖ ਮੰਤਰੀ ਨੂੰ ਇਹਦਾ ਨੁਕਸਾਨ ਹੋਣਾ ਹੈ?
117 सीटां ते सीटां मैं तां कह देना लोक इहनूं पोलिटिकल गल ना समझण, साडा तां ध्यान उत्थे ही पता लगना ना वी असीं पास फेल कीते आ, होर तां कोई तराजू कोई है नहीं गा नाप तोल दा, ते उत्थे लग जू तुहानूं पता वी साडे नाल करदे की आ लोक 117 हलकियां च। तुहानूं मैं दस ही दित्ती बरगाड़ी वाली जदों रैली तो आ रहे सी उह सभ ने ही देखिया, सारे मंत्रियां ने देखिया, सारे MLA ने देखिया उस रैली तो आके भी की हो रहा सी, ते लोकां नूं हुण इह मतलब दुबारा ਜਿਹੜੀ ਤੁਸੀਂ ਮੀਟਿੰਗਸ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਲਾਸ ਨਹੀਂ ਹੋਏਗਾ ਪੰਜਾਬ ਕਾਂਗਰਸ ਨੂੰ? ਨਹੀਂ, ਮੇਰੀ ਗੱਲ ਸੁਣੋ, ਜੇ ਅੱਜ ਅਸੀਂ ਇਹ ਮੀਟਿੰਗਾਂ ਕਰਕੇ ਕੋਈ ਹੱਲ ਲੱਭ ਲਈਏ ਇਸੇ ਮੁੱਖ ਮੰਤਰੀ ਸਾਹਿਬ ਦੇ ਰਹਿਨਮਾਈ 'ਚ, ਤੁਸੀਂ ਪ੍ਰਤਾਪ ਬਾਜਵਾ ਨਾਲ ਵੀ ਕਰਕੇ ਆਏ ਹੋ, ਮੇਰੇ ਨਾਲ ਉਹਨਾਂ ਨੇ ਗੱਲ ਕੀਤੀ ਆ ਵੀ ਬਿਲਕੁਲ ਬਿੱਟੂ ਤੂੰ ਸੁਨੇਹਾ ਲੈ ਕੇ ਜਾ ਮੁੱਖ ਮੰਤਰੀ ਸਾਹਿਬ ਕੋਲ ਵੀ 2 ਮਹੀਨੇ 'ਚ ਇਹਦਾ ਫੈਸਲਾ ਬਿਲਕੁਲ ਅਸੀਂ ਨਹੀਂ ਚਾਹੁੰਦੇ ਕੋਈ ਵੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹ ਨਾ ਸੁਪਨੇ ਵੀ ਕੋਈ ਮੁੱਖ ਮੰਤਰੀ ਦੇ ਲੈ ਕੇ ਚੱਲਦਾ ਹੋਵੇ, ਇਹ ਗੁਰੂ ਦਾ ਮਸਲਾ ਹੈ, ਇਹ 'ਚ ਮੁੱਖ ਮੰਤਰੀ ਦਾ, ਉਹ ਕਹਿੰਦੇ ਬਿਲਕੁਲ ਮੁੱਖ ਮੰਤਰੀ ਦਾ ਕੋਈ ਸੁਪਨਾ ਨਹੀਂ, ਇਹੀ ਮੁੱਖ ਮੰਤਰੀ ਰਹਿਣ, ਆਪਾਂ ਨੂੰ ਮਤਲਬ ਆ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਹੈ ਹੱਲ ਹੋਣ ਤੱਕ। ਅਤੇ ਇਸ ਕਰਕੇ ਜੇ ਹੁਣ ਅਸੀਂ ਇਸ ਕਰਕੇ ਚੁੱਪ ਰਹਿ ਗਏ ਵੀ ਜੇ ਖਬਰਾਂ ਆ ਰਹੀਆਂ ਮੀਡੀਆ 'ਚ ਕਾਂਗਰਸ ਦਾ, ਬਾਕੀ ਪਾਰਟੀਆਂ ਤਾਂ ਹੈ ਹੀ ਨਹੀਂ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਅਕਾਲੀ ਦਲ ਨੇ ਬਥੇਰਾ ਬ੍ਰੈਂਡਿੰਗ ਕਰ ਲਈ, ਬਥੇਰਾ ਕੁਛ ਕਰ ਲਿਆ, ਕਿਤੇ ਪੈਰ ਨਹੀਂ। ਆਮ ਆਦਮੀ ਦਾ ਤੁਸੀਂ ਦੇਖ ਲਿਆ, ਜਿਹੜੇ ਕਹਿੰਦੇ ਸੀ ਅਸੀਂ ਮੈਡੀਕਲ ਜੀ ਬਣਾਏ, ਅਸੀਂ ਆ ਦੇਖ ਲਿਆ ਉੱਡ ਗਿਆ ਸਾਰਾ ਦਿੱਲੀ 'ਚ, ਅਤੇ ਫਿਰ ਉਹ ਤਾਂ ਕਿਤੇ ਖੜੇ ਹੀ ਨਹੀਂ ਗੇ। ਸਾਨੂੰ ਤਾਂ ਲੋਕਾਂ ਨੇ ਬਹੁਤ ਵਧੀਆ ਇੱਕ ਮੈਂਡੇਟ ਆ ਜਿਹੜਾ ਉਹ ਦੇ ਦੇਣਾ, ਸਿਰਫ ਇੱਕ ਬਰਗਾੜੀ ਵਾਲੀ ਗੱਲ 'ਤੇ ਜਿਹਤੇ ਅਸੀਂ ਖੜੇ ਹਾਂ ਉਹ ਅਸੀਂ ਹੱਲ ਕਰ ਦਈਏ, ਲੋਕ ਤੁਹਾਨੂੰ ਪਰੋਸ ਕੇ ਸਰਕਾਰ ਦੇ ਦੇਣਗੇ ਗੁਰੂ ਦੇ ਨਾਂ 'ਤੇ, ਅਤੇ ਉਹਦੀ ਉਹ ਬਖਸ਼ਿਸ਼ ਹੋ ਜਾਣੀ ਹੈ ਤੁਹਾਨੂੰ, ਕਿਹੜਾ ਰੋਕ ਲਊਗਾ ਤੁਹਾਨੂੰ ਫਿਰ? ਬਹੁਤ ਬਹੁਤ ਧੰਨਵਾਦ ਰਵਨੀਤ ਬਿੱਟੂ ਜੀ। ਤਾਂ ਖੁੱਲ੍ਹ ਕੇ ਰਵਨੀਤ ਬਿੱਟੂ ਜੀ ਨੇ ਦੱਸਿਆ ਕਿ ਆਖਿਰ ਕੀ ਕੁਛ ਚੱਲ ਰਿਹਾ। ਉਹਨਾਂ ਨੇ ਕਿਹਾ ਕਿ ਹਾਲੇ ਮੀਟਿੰਗਾਂ ਦਾ ਦੌਰ ਜਿਹੜਾ ਉਹ ਥੰਮਿਆ ਨਹੀਂ, ਹਾਲੇ ਮੀਟਿੰਗਾਂ ਹੋਰ ਵੀ ਹੋਣਗੀਆਂ, ਪਰ ਨਾਲ ਹੀ ਇਹ ਵੀ ਕਿਹਾ ਕਿ ਸਾਨੂੰ ਇਸ ਮਾਮਲੇ ਦੇ ਵਿੱਚ ਇਨਸਾਫ ਦਿਵਾਉਣਾ ਪਏਗਾ, ਨਹੀਂ ਤਾਂ ਇਸਦਾ ਬਹੁਤ ਵੱਡਾ ਲਾਸ ਜਿਹੜਾ ਹੈ ਉਹ ਕਾਂਗਰਸ ਪਾਰਟੀ ਨੂੰ ਹੋਣ ਵਾਲਾ। ਕੈਮਰਾਮੈਨ ਪ੍ਰਮੋਦ ਨੇਗੀ ਦੇ ਨਾਲ ਨਿਤਿਕਾ ਮਹੇਸ਼, ਪ੍ਰੀਜ਼ੀ ਮੀਡੀਆ, ਚੰਡੀਗੜ੍ਹ। ਸਰ ਰਵਨੀਤ ਸਿੰਘ ਬਿੱਟੂ ਨੇ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਨੇ ਤੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਵਾਬ ਚਾਹੁੰਦੇ ਨੇ, ਵਾਅਦੇ ਪੂਰੇ ਨਾ ਕਰਨ ਦੇ ਲਈ 5 ਸਾਲ ਬਹੁਤ ਹੁੰਦੇ ਨੇ, ਪਰ ਹੁਣ ਸਮਾਂ ਹੈ ਕਿ ਇਹ ਵਾਅਦੇ ਪੂਰੇ ਕੀਤੇ ਜਾਣ। ਜਾਂਦੇ ਜਾਂਦੇ ਸਰਕਾਰ ਇਹ ਵਾਅਦੇ ਪੂਰੇ ਕਰੇ। ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਨੂੰ ਲੈ ਕੇ ਸਵਾਲ ਚੁੱਕਦਿਆਂ ਉਹਨਾਂ ਨੇ ਸਰਕਾਰ ਤੇ ਸਵਾਲ ਚੁੱਕੇ ਨੇ ਤੇ ਨਾਲ ਹੀ ਨਸ਼ਾ ਖਤਮ ਕਰਨ ਦਾ ਵਾਅਦਾ ਵੀ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਸੀ। ਹੁਣ ਸਮਾਂ ਹੈ ਕਿ ਹਾਈ ਕਮਾਨ ਦਖਲ ਦੇਵੇ। ਰਵਨੀਤ ਬਿੱਟੂ ਹੋਰਾਂ ਵੱਲੋਂ ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਤਮਾਮ ਸਵਾਲਾਂ ਦੇ ਬੇਬਾਕੀ ਦੇ ਨਾਲ ਜਵਾਬ ਦਿੱਤੇ ਗਏ। ਹਾਲਾਂਕਿ ਉਹਨਾਂ ਨੇ ਇਸ ਚੀਜ਼ ਨੂੰ ਵੀ ਮੰਨਿਆ ਕਿ ਨਵਜੋਤ ਸਿੰਘ ਸਿੱਧੂ ਦਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੋਈ ਮੁਕਾਬਲਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਸਾਰਿਆਂ ਦੇ ਮੂੰਹ ਬੰਦ ਕੀਤੇ ਜਾਣੇ ਚਾਹੀਦੇ ਨੇ। ਤਮਾਮ ਮਸਲੇ ਜਿਨ੍ਹਾਂ ਨੂੰ ਲੈ ਕੇ ਪਾਰਟੀ ਸੱਤਾ ਦੇ ਵਿੱਚ ਆਈ ਉਹ ਤਮਾਮ ਮਸਲਿਆਂ ਨੂੰ ਸੁਲਝਾਉਣਾ ਚਾਹੀਦਾ ਹੈ। ਦੋਸ਼ੀਆਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਸਭ ਤੋਂ ਵੱਡਾ ਮਸਲਾ ਜੋ ਬੇਅਦਬੀਆਂ ਦਾ, ਗੋਲੀਕਾਂਡ ਦਾ, ਉਸ ਮਾਮਲੇ 'ਚ ਚਾਹੀਦਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਦੋਸ਼ੀ ਅੱਜ ਤੱਕ ਸਲਾਖਾਂ ਦੇ ਪਿੱਛੇ ਹੁੰਦੇ। ਇਸੇ ਤੇ ਸਾਡੇ ਸਹਿਯੋਗੀ ਨਿਤਿਕਾ ਮਹੇਸ਼ਵਰੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਸੋ ਨਿਤਿਕਾ, ਤੁਸੀਂ ਗੱਲਬਾਤ ਵੀ ਕੀਤੀ, ਤਮਾਮ ਚੀਜ਼ਾਂ ਸਮਝਣ ਦੀ ਕੋਸ਼ਿਸ਼ ਵੀ ਕੀਤੀ, ਮੌਜੂਦਾ ਸਥਿਤੀ ਪੰਜਾਬ ਦੀ ਜੋ ਹੈ ਇਸ ਨੂੰ ਲੈ ਕੇ ਜ਼ਾਹਿਰ ਤੌਰ ਤੇ ਪੰਜਾਬ ਸਰਕਾਰ ਨੂੰ, ਪੰਜਾਬ ਕਾਂਗਰਸ ਨੂੰ ਵੱਡੇ ਭੁਗਤਾਨ ਭੁਗਤਣੇ ਪੈ ਸਕਦੇ ਨੇ 2022 ਦੇ ਵਿੱਚ, ਕਿਉਂਕਿ ਜੇ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਭੁਗਤਿਆ ਹੈ ਤਾਂ 2022 ਫਿਰ ਕਾਂਗਰਸ ਦੇ ਲਈ ਵੀ ਨਿਰਣਾ ਲੈ ਕੇ ਆਏਗੀ, ਕੋਈ ਬਹੁਤੀ ਦੂਰ ਨਹੀਂ ਹੈ। ਬਿਲਕੁਲ, ਦੇਖੋ ਕਾਂਗਰਸ ਦੇ ਵਿੱਚ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਗੁੱਟਬਾਜ਼ੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਸੀਗੀ, ਤੇ ਹੁਣ ਜਿਹੜਾ ਮੀਟਿੰਗਾਂ ਦਾ ਦੌਰ ਹੈ ਉਹ ਵੀ ਲਗਾਤਾਰ ਜਾਰੀ ਹੈ ਤੇ ਉਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਸਾਫ਼ ਵੀ ਕਰ ਦਿੱਤਾ ਕਿ ਹਾਲੇ ਮੀਟਿੰਗਾਂ ਦਾ ਦੌਰ ਖਤਮ ਨਹੀਂ ਹੋਇਆ, ਅਸੀਂ 1-2 ਦਿਨ ਦੇ ਵਿੱਚ ਫਿਰ ਤੋਂ ਮੀਟਿੰਗ ਜਿਹੜੀ ਹੈ ਕਰਨੀ ਹੈ। ਪਰ ਉਹਨਾਂ ਨੇ ਸਾਫ਼ ਤੌਰ ਤੇ ਇਹੀ ਕਿਹਾ ਕਿ ਮਾਮਲਾ ਸਭ ਤੋਂ ਵੱਡਾ ਬਰਗਾੜੀ ਬੇਅਦਬੀ ਹੈ ਤੇ ਡਰੱਗਸ ਦਾ ਮਾਮਲਾ ਹੈ, ਕਿਉਂਕਿ ਜੇ ਬੇਅਦਬੀ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕਹਿਣਾ ਗਲਤ ਨਹੀਂ ਹੋਵੇਗਾ। 4.5 ਸਾਲ ਕਾਂਗਰਸ ਇੱਕ ਬੰਬ ਆਪਣੇ ਕੋਲ ਰੱਖਿਆ ਕਿ ਅਸੀਂ ਚੋਣਾਂ ਦੇ ਦੌਰਾਨ ਫੁੜਾਂਗੇ, ਪਰ ਉਹ ਬੰਬ ਆਪਣੇ ਘਰ ਹੀ ਫੁੱਟ ਗਿਆ। ਯਾਨੀ ਕਿ ਜਿਹੜਾ ਕੋਟਕਪੁਰਾ ਫਾਇਰਿੰਗ ਕੇਸ ਦੇ ਵਿੱਚ ਫੈਸਲਾ ਆਇਆ ਉਹ ਸਰਕਾਰ ਦੇ ਪੱਖ ਦੇ ਵਿੱਚ ਨਹੀਂ ਆਇਆ, ਔਰ ਜ਼ੀਰੋ ਜਿਹੜੀ ਹੈ ਉਸਦੀ ਇਨਵੈਸਟੀਗੇਸ਼ਨ ਹੋ ਗਈ। ਇਹ ਖੁਦ ਰਵਨੀਤ ਬਿੱਟੂ ਵੀ ਕਹਿ ਰਹੇ ਨੇ ਕਿ ਹੁਣ ਤਾਂ ਉਹਦੇ ਵਿੱਚ ਕੁਛ ਰਿਹਾ ਨਹੀਂ। ਇਹੀ ਕਾਰਨ ਹੈ ਕਿ ਜਿਹੜੇ ਮਾਮਲੇ ਦੇ ਵਿੱਚ ਵਿਕਟਿਮ ਨੇ ਉਹ ਵੀ ਕਹਿੰਦੇ ਕਿ ਅਸੀਂ ਨਵੀਂ SIT ਨੂੰ ਸਹਿਯੋਗ ਜਿਹੜਾ ਨਹੀਂ ਕਰਾਂਗੇ, ਜਦਕਿ ਨਵੀਂ SIT ਵੱਲੋਂ ਨੰਬਰ ਵੀ ਜਾਰੀ ਕੀਤੇ ਗਏ ਨੇ ਕਿ ਤੁਹਾਡੇ ਕੋਲ ਜੇ ਕੋਈ ਜਾਣਕਾਰੀ ਹੈ ਤਾਂ ਸਾਨੂੰ ਜ਼ਰੂਰ ਦਿਓ। ਪਰ ਨਾਲ ਹੀ ਦੂਜਾ ਇੱਕ ਵੱਡਾ ਮਾਮਲਾ ਡਰੱਗਸ ਕੇਸ ਨੂੰ ਲੈ ਕੇ, ਕਿਉਂਕਿ ਜਦੋਂ 2017 ਦੇ ਵਿੱਚ ਕੈਂਪੇਨਿੰਗ ਚੱਲ ਰਹੀ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਤੇ
ਨਾਲ ਹੀ ਕਾਂਗਰਸ ਦੇ ਜਿਹੜੇ ਲੀਡਰ ਸੀ ਬਾਰ ਬਾਰ ਇਸ ਮੁੱਦੇ ਨੂੰ ਚੁੱਕਦੇ ਹੋਏ ਨਜ਼ਰ ਆਏ ਸੀਗੇ। ਐਸ ਟੀ ਐਫ ਬਣਾਈ ਵੀ ਗਈ, ਐਸ ਟੀ ਐਫ ਦੀ ਰਿਪੋਰਟ ਤੁਹਾਨੂੰ ਯਾਦ ਹੋਏਗਾ ਅੰਮ੍ਰਿਤਾ, 3 ਸਾਲ ਹੋ ਗਏ ਕਿ ਉਹ ਹਾਈਕੋਰਟ ਦੇ ਵਿੱਚ ਸੀਲਬੰਦ ਪਈ ਹੈ। ਆਖਿਰ ਉਸ ਰਿਪੋਰਟ ਨੂੰ ਕਿਉਂ ਨਹੀਂ ਖੁਲਵਾਇਆ ਗਿਆ, ਇਹ ਹੁਣ ਸਵਾਲ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਕਿ ਆਖਿਰ ਏ ਜੀ ਪੰਜਾਬ ਨੇ ਹਾਲੇ ਤੱਕ ਇੱਕ ਵਾਰ ਵੀ ਕੋਰਟ ਚ ਕਿਉਂ ਨਹੀਂ ਕਿਹਾ ਕਿ ਇਹ ਬਹੁਤ ਵੱਡਾ ਮੁੱਦਾ ਹੈ ਪੰਜਾਬ ਦੇ ਵਿੱਚ ਤੇ ਕਿਤੇ ਨਾ ਕਿਤੇ ਮਾਫੀਆ ਖਤਮ ਕਰਨਾ ਹੈ, ਇਸ ਲਈ ਇਸ ਰਿਪੋਰਟ ਨੂੰ ਓਪਨ ਕੀਤਾ ਜਾਏ। ਇਹ ਦੋ ਵੱਡੇ ਮਾਮਲਿਆਂ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਦਾ ਦੌਰ ਜਾ ਰਹੀ ਹੈ ਤੇ ਇਹਨਾਂ ਦਾ ਕਹਿਣਾ ਸਾਫ਼ ਤੌਰ ਤੇ ਕਿ ਜਦੋਂ ਤੱਕ ਸੀਐਮ ਇਨਸਾਫ਼ ਨਹੀਂ ਦਿਵਾਉਂਦੇ ਤਾਂ ਅਸੀਂ ਇਸੇ ਤਰ੍ਹਾਂ ਹੀ ਸਵਾਲ ਜਿਹੜਾ ਹੈ ਚੁੱਕਦੇ ਰਵਾਂਗੇ। ਹਾਲਾਂਕਿ ਜੇ ਕੱਲ੍ਹ ਕਹੀ ਜਾਵੇ ਕਿ ਕੀ ਰਵਨੀਤ ਬਿੱਟੂ, ਪ੍ਰਤਾਪ ਸਿੰਘ ਬਾਜਵਾ ਜਾਂ ਸੁਖਜਿੰਦਰ ਰੰਧਾਵਾ ਚੰਨੀ ਇਹ ਕੀ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲ ਗਏ ਨੇ, ਤਾਂ ਇਸ ਨੂੰ ਲੈ ਕੇ ਰਵਨੀਤ ਬਿੱਟੂ ਸਾਫ਼ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਵਿੱਚ 4 ਸਾਲ ਪਹਿਲਾਂ ਆਏ ਨੇ, ਜਦਕਿ ਸੀਐਮ ਪੰਜਾਬ ਹੋਣ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਫਿਰ ਖੁਦ ਰਵਨੀਤ ਬਿੱਟੂ ਹੋਣ, ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ ਇਹ ਬਹੁਤ ਪੁਰਾਣੇ ਜਿਹੜੇ ਨੇ ਉਹ ਪਾਰਟੀ ਨਾਲ ਜੁੜੇ ਹੋਏ ਨੇ, ਤਾਂ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਵੀ ਕਰ ਰਹੇ ਨੇ ਪੋਲੀਟੀਕਲ ਇੰਟਰਸਟ ਲਈ ਕਰ ਰਹੇ ਨੇ, ਜਦਕਿ ਅਸੀਂ ਜਿਹੜਾ ਹੈ ਸਾਡਾ ਇੱਕ ਹੀ ਮਕਸਦ ਹੈ ਕਿ ਕਾਂਗਰਸ ਨੂੰ ਕਿਸੇ ਵੀ ਤਰ੍ਹਾਂ ਲਾਸ ਜਿਹੜਾ ਉਹ ਨਾ ਹੋਵੇ। ਜੀ ਬਿਲਕੁਲ, ਕਾਂਗਰਸ ਨੂੰ ਆਪਣੀ ਸਾਖ ਜੋ ਹੈ ਉਹ ਪੈ ਗਈ ਹੈ ਤੇ ਕਾਂਗਰਸ ਨੂੰ ਇਹ ਸਾਖ ਬਚਾਉਣੀ ਵੀ ਹੋਏਗੀ, ਕਿਉਂਕਿ ਨਿਰਣਾ ਜੋ ਹੈ 2022 ਦੇ ਵਿੱਚ ਹੋਣਾ ਤੇ 2022 ਕੋਈ ਬਹੁਤੀ ਦੂਰ ਨਹੀਂ ਹੈ। ਬਹੁਤ ਸ਼ੁਕਰੀਆ ਨਿਤਿਕਾ ਇਸ ਤਮਾਮ ਗੱਲਬਾਤ ਦੇ ਲਈ। ਇਸ ਬੁਲੇਟਿਨ ਦੇ ਵਿੱਚ ਵੀ ਫਿਲਹਾਲ ਇਹਨੇ, ਤੁਸੀਂ ਬਣੇ ਰੋਜ਼ੀ ਮੀਡੀਆ ਦੇ ਨਾਲ, ਸਤਿ ਸ਼੍ਰੀ ਅਕਾਲ।